ਸਾਣਵੀਰੋ ਆ ਜਿਹੜੀ ਕਣਕ ਤੁਹਾਨੂੰ ਦੇਖ ਰਹੀ ਹੈ ਵੀਡੀਓ ਦੇ ਵਿੱਚ, ਇਹ ਆਪਣੀ 327 ਕਣਕ ਹੈ ਡੀ ਬੀ ਡਬਲਿਊ 327, 5 ਨਵੰਬਰ ਦੀ ਬਿਜਾਈ ਹੈ, ਮੰਨ ਕੇ ਚੱਲੋ ਗੇਤੀ ਹੀ ਬਿਜਾਈ ਹੈ। ਇਹ ਕਣਕ 'ਚ ਦਿੱਕਤ ਆ ਗਈ ਸੀ ਵੀ ਇਹ ਪਹਿਲਾ ਪਾਣੀ ਲਾ ਕੇ ਦੂਜਾ ਪਾਣੀ ਥੋੜ੍ਹਾ ਜਿਹਾ ਲੇਟ ਹੋ ਗਿਆ ਸੀ ਅਤੇ ਪੀਲੀ ਜਿਹੀ ਦਿਖਣ ਲੱਗ ਗਈ ਸੀ ਕਣਕ, ਜਿਵੇਂ ਯੂਰੀਆ ਦੀ ਡੈਫੀਸ਼ੈਂਸੀ ਦਿਖਾਉਣ ਲੱਗ ਗਈ ਸੀ। ਤਾਂ ਫਿਰ ਆਪਾਂ ਕੀ ਮੈਨੇਜਮੈਂਟ ਕੀਤਾ ਇਹਦਾ, ਵੀ ਹੁਣ ਦੇਖ ਸਕਦੇ ਆਪਾਂ ਕਣਕ ਪੂਰੀ ਗੋਡੇ ਗੋਡੇ ਕਣਕ ਹੋ ਗਈ, ਪਾਣੀ ਲੱਗੇ ਨੂੰ ਹਫ਼ਤਾ ਹੋ ਗਿਆ ਅਤੇ ਬੰਦਾ ਆਪਣਾ ਯੂਰੀਆ ਪਾਈ ਜਾਂਦਾ। ਮੰਨ ਲਓ ਹਫ਼ਤਾ ਪਹਿਲਾਂ ਜਿਹੜਾ ਆਪਾਂ ਪਾਣੀ ਲਾਇਆ ਸੀ ਉਸ ਤੋਂ ਪਹਿਲਾਂ ਆਪਾਂ ਵੀ ਕਣਕ ਪੀਲੀ ਜਿਹੀ ਦੋਗੀਆਂ ਜਿਹੀਆਂ ਦਿਖਣ ਲੱਗ ਗਈ ਸੀ, ਥੋੜ੍ਹੀ ਥੋੜ੍ਹੀ ਕਿਤੇ ਰੰਗ ਜਿਹਾ ਉਵੇਂ ਨਹੀਂ ਪੀਲੀ ਦਿਖਦੀ ਸੀਗੀ, ਮੰਨ ਲਓ ਯੂਰੀਆ ਦੀ ਕਮੀ ਦਿਖਣ ਲੱਗ ਗਈ ਸੀ ਇਹਦੇ 'ਚ। ਤਾਂ ਆਪਾਂ ਕੋਈ ਨਿਊਟ੍ਰੀਸ਼ਨ ਵਾਲੀ ਸਪਰੇ ਨਹੀਂ ਕੀਤੀ ਇਹਦੇ 'ਚ ਅਤੇ ਕੋਈ ਹੋਰ ਐਕਸਟਰਾ ਆਪਾਂ ਕੋਈ ਟੋਨਿਕ ਨਹੀਂ ਪਾਇਆ, ਹੈ ਨਾ। ਅਤੇ ਕਣਕ ਹੁਣ ਮੌਕੇ ਦੀ ਗੋਡੇ ਗੋਡੇ ਕਣਕ ਹੋ ਗਈ ਅਤੇ ਪੂਰੀ ਕਾਲੀ ਦਿਖਦੀ ਹੈ, ਵੀ ਅਗਲਾ ਪਲਾਟ ਜਿਹੜਾ ਦਿਖਦਾ ਤੁਹਾਨੂੰ ਦੂਰੋਂ ਨਿਗਾਹ ਮਾਰੀਏ ਤਾਂ ਆਪਾਂ ਆ ਖੰਬੇ ਤੋਂ ਅੱਗੇ ਥੋੜ੍ਹੀ ਜਿਹੀ ਫਿੱਕੀ ਕਣਕ ਦਿਖਦੀ ਹੈ ਨਾ, ਉਹ ਗੁਆਂਢੀਆਂ ਦੀ। ਅਤੇ ਮੰਨ ਕੇ ਚੱਲੋ ਵੀ ਕਣਕ ਦਾ ਪੂਰਾ ਆਪਦਾ ਕਲਰ ਜਿਹੜਾ ਗੂੜਾ ਹੈਗਾ। ਅਤੇ ਆਪਾਂ ਇਹਦੇ 'ਚ ਕੀ ਕੀਤਾ ਉਹਦੇ ਬਾਰੇ ਅੱਜ ਗੱਲ ਕਰਦੇ ਹਾਂ। ਚੈਨਲ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਪੂਰੀ ਦੇਖਿਓ। ਤਾਂ ਆਪਾਂ ਕੀ ਕੀਤਾ, ਪਾਣੀ ਲਾਉਣ ਤੋਂ 5 ਦਿਨ ਪਹਿਲਾਂ, ਵੀ ਪਿੱਛੇ ਆਪਣੀ ਬਾਰੀ ਸੀਗੀ, ਉਸ ਤੋਂ 5 ਦਿਨ ਪਹਿਲਾਂ ਆਪਾਂ ਇਹਦੇ 'ਚ ਯੂਰੀਆ ਪਾਤੀ, ਵੀ ਜਿੰਨੀ ਯੂਰੀਆ ਆਪਾਂ ਪਾਉਣੀ ਸੀ ਦੂਜੇ ਪਾਣੀ 'ਤੇ ਉਦੋਂ ਅੱਧੀ ਯੂਰੀਆ ਆਪਾਂ 5 ਦਿਨ ਪਹਿਲਾਂ ਪਾਤੀ ਅਤੇ 5 ਦਿਨਾਂ ਬਾਅਦ ਪਾਣੀ ਲਾਤਾ, 4 ਦਿਨਾਂ ਬਾਅਦ 5ਵੇਂ ਦਿਨ ਪਾਣੀ ਲਾਤਾ ਸੀ। ਅਤੇ ਉਦੋਂ ਬਾਅਦ 'ਚ ਹੁਣ ਆਪਾਂ ਯੂਰੀਆ ਪਾਈ ਜਾਂਦੇ ਹਾਂ 5-6 ਦਿਨ। ਹਫ਼ਤਾ ਹੋ ਗਿਆ ਪਾਣੀ ਲੱਗੇ ਨੂੰ, ਹੁਣ ਆਪਾਂ ਜਿਹੜੀ ਬਚੀ ਅੱਧੀ ਯੂਰੀਆ ਉਹ ਹੁਣ ਪਾ ਰਹੇ ਹਾਂ। ਤਾਂ ਹੁਣ ਜਦੋਂ ਪਾਈ ਜਾਂਦੇ ਹਾਂ ਨਾ ਯੂਰੀਆ, ਪਾਣੀ ਲਾਉਣ ਤੋਂ 2 ਦਿਨ ਬਾਅਦ 'ਚ ਹੀ ਕਣਕ ਦਾ ਰੰਗ ਜਿਹੜਾ ਉਹ ਪੂਰਾ ਕਾਲਾ ਹੋ ਗਿਆ ਸੀਗਾ, ਵੀ ਪਲੱਤਣ ਜਿਹੜੀ ਮਾਰਦੀ ਸੀ ਉਹ ਦੂਰੋਂ ਸਹੀ ਦਿਖਣ ਲੱਗ ਗਈ ਸੀ ਕਣਕ। ਉਹਦਾ ਕਾਰਨ ਇਹ ਸੀਗਾ ਵੀ ਜਿਹੜੀ 4-5 ਦਿਨ ਪਹਿਲਾਂ ਆਪਾਂ ਯੂਰੀਆ ਪਾਈ ਸੀਗੀ ਅਤੇ ਉਹਨੇ ਯੂਰੀਆ ਚਾਰ ਦਿਨਾਂ 'ਚ ਬੂਟਾ ਲੈ ਲੈਂਦਾ ਯੂਰੀਆ, ਅਤੇ ਵਾਹਣ ਕਿਉਂ ਅੱਜ ਕੱਲ੍ਹ ਗਿੱਲਾ ਹੀ ਹੁੰਦਾ ਆਪਣਾ, ਇੱਕ ਪਾਣੀ ਲੱਗੇ ਤੋਂ ਬਾਅਦ ਵਾਹਣ ਗਿੱਲਾ ਹੀ ਰਹਿੰਦਾ ਮਾਰਚ ਤਾਈਂ। ਅਤੇ ਬਾਅਦ 'ਚ ਜਿਹੜੀ ਆਪਾਂ ਯੂਰੀਆ ਪਾਈ ਆ ਉਹ ਉਦੋਂ ਹੀ ਖੁਰ ਗਈ ਅਤੇ ਬੂਟੇ ਨੇ ਲੈ ਲਈ ਪਾਣੀ ਨਾਲ, ਪਾਣੀ ਦੇ ਆਪਾਂ ਮੂਹਰੇ ਜਿਹੜੀ ਯੂਰੀਆ ਪਾਉਂਦੇ ਹਾਂ ਉਹ ਲੀਚ ਹੋ ਜਾਂਦੀ ਹੈ, ਪਾਣੀ 'ਚ ਘੁਲ ਕੇ ਥੱਲੇ ਉੱਠ ਜਾਂਦੀ ਆ ਉਹ ਜਾਂ ਉੱਡ ਜਾਂਦੀ ਆ ਉਹ, ਤਾਂ ਉਹ ਪੂਰੀ ਬੂਟਾ ਨਹੀਂ ਲੈ ਸਕਦਾ। ਤਾਂ ਕਰਕੇ ਜਿਹੜੀ 4-5 ਦਿਨ ਆਪਾਂ ਪਹਿਲਾਂ ਪਾਉਂਦੇ ਹਾਂ ਉਹ ਬੂਟਾ ਪੂਰੀ ਪੂਰੀ ਯੂਰੀਆ ਲੈ ਲੈਂਦਾ, ਅਪਟੇਕ ਹੋ ਜਾਂਦੀ ਆ ਉਹ। ਤਾਂ ਉਹਦਾ ਰਿਜ਼ਲਟ ਸੀਗਾ ਵੀ ਪਾਣੀ ਲਾਇਆ ਆਪਾਂ, ਕਣਕ ਆਪਣੀ ਕਾਲੀ ਹੋ ਗਈ। ਅਤੇ ਇੱਕ ਆਪਾਂ ਜਿਹੜੀ ਅੱਧੀ ਯੂਰੀਆ ਪਹਿਲਾਂ ਪਾਈ ਸੀ ਉਹ ਟੇਢੇ ਲੋਟ ਪਾਈ ਕਿਆਰਿਆਂ ਤੋਂ, ਹੁਣ ਆਪਾਂ ਕਿਆਰਿਆਂ ਲੋਟ ਪਾਈ ਜਾਂਦੇ ਹਾਂ। ਤਾਂ ਜਿਹੜੇ ਪਹਿਲੀ ਯੂਰੀਆ ਪਾਉਣੇ ਆਪਾਂ ਉਹ 'ਤੇ ਜਿਹੜੀਆਂ ਦੋਗੀਆਂ ਜਿਹੀਆਂ ਰਹਿ ਜਾਣੀਆਂ, ਲੈਣਾਂ ਰਹਿ ਜਾਣੀਆਂ ਪੀਲੀਆਂ, ਉਹ ਵੀ ਆਪਣੀਆਂ ਸਹੀ ਹੋ ਗਈਆਂ। ਤਾਂ ਆਪਣੀ ਹੁਣ ਇੱਕੋ ਜਿਹੀ ਕਣਕ ਹੋ ਗਈ ਅਤੇ ਵਧੀਆ ਗਰੋਥ ਹੋ ਗਈ, ਮੰਨ ਕੇ ਚੱਲੋ ਵੀ ਆਪਾਂ ਨੂੰ ਕੋਈ ਸਪਰੇ ਨਹੀਂ ਕਰਨੀ ਪਈ ਤਾਕਤ ਵਾਲੀ ਅਤੇ ਕੋਈ ਕੁਛ ਨਹੀਂ ਤਾਮਾ ਜਾਮਾ ਨਹੀਂ ਕਰਨਾ ਪਿਆ, ਬਸ ਯੂਰੀਆ ਆਪਾਂ ਸਹੀ ਤਰੀਕੇ ਨਾਲ ਪਾਈ ਹੈ। ਤਾਂ ਉਹਦਾ ਰਿਜ਼ਲਟ ਇਹ ਹੈਗਾ ਵੀ ਆਪਣੀ ਕਣਕ ਜਮਾਂ ਵਧੀਆ ਓਕੇ ਹੋ ਗਈ। ਤਾਂ ਤੁਸੀਂ ਵੀ, ਆਪਾਂ ਪਿਛਲੀਆਂ ਵੀਡੀਓ 'ਚ ਵੀ ਗੱਲ ਕਰਦੇ ਹੁੰਦੇ ਹਾਂ ਵੀ ਯੂਰੀਆ ਆਪਣੇ ਪਹਿਲੇ ਪਾਣੀ ਤੋਂ ਬਾਅਦ 'ਚ ਯੂਰੀਆ ਪਾਓ, ਉਦੋਂ ਬਾਅਦ 'ਚ ਜਦੋਂ ਵੀ ਪਾਣੀ ਲਾਉਣਾ 4 ਦਿਨ ਪਹਿਲਾਂ ਯੂਰੀਆ ਪਾਓ ਅਤੇ 4 ਦਿਨ ਬਾਅਦ 'ਚ ਪਾਓ ਪਾਣੀ ਤੋਂ ਅੱਧੀ, ਤਾਂ ਉਹਦਾ ਬਹੁਤ ਵਧੀਆ ਰਿਜ਼ਲਟ ਮਿਲੂਗਾ। ਉਹਦਾ ਰਿਜ਼ਲਟ ਤੁਸੀਂ ਦੇਖ ਵੀ ਲਿਆ ਇਸ ਕਣਕ ਦੇ ਵਿੱਚ, ਕਿਉਂਕਿ ਸਾਨੂੰ ਵੀ ਕਿਹੜਾ ਲੱਗਦਾ ਸੀ ਯਾਰ ਵੀ ਕਣਕ ਪੀਲੀ ਜਿਹੀ ਰਹਿ ਗਈ। ਤਾਂ ਫਿਰ ਅਸੀਂ ਬਸ ਆਹੀ ਫਾਰਮੂਲਾ ਅਪਲਾਈ ਕੀਤਾ ਹੈ ਅਤੇ ਇਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਅਤੇ ਆਪਣੀ ਬਹੁਤ ਵਧੀਆ ਕਣਕ ਦੀ ਗਰੋਥ ਚੱਲ ਪਈ, ਜਾਂ ਕਣਕ ਦਾ ਕਲਰ ਜਿਹੜਾ ਹੈਗਾ ਉਹ ਪੂਰਾ ਗੂੜਾ ਹੋ ਗਿਆ, ਪੂਰਾ ਸਹੀ ਹੋ ਗਿਆ। ਤਾਂ ਆਪਾਂ ਨੂੰ ਕੁਛ ਵੀ ਐਕਸਟਰਾ ਨਹੀਂ ਕਰਨਾ ਪਿਆ ਇਹਦੇ 'ਚ, ਕੋਈ ਜਿੰਕ ਦੀ ਨਹੀਂ ਸਪਰੇਅ ਕਰਨੀ ਪਈ, ਕੁਛ ਨਹੀਂ ਕਰਨਾ ਪਿਆ ਗਾ ਅਤੇ ਆਪਣੀ ਕਣਕ ਸਹੀ ਹੋ ਗਈ। ਤਾਂ ਜੇ ਤੁਹਾਡੀ ਵੀ ਕਣਕ 'ਚ ਕੋਈ ਦਿੱਕਤ ਲੱਗਦੀ ਹੈ, ਤੁਹਾਨੂੰ ਲੱਗਦਾ ਵੀ ਕਣਕ ਪੀਲੀ ਹੈਗੀ ਹੈ ਕਿਵੇਂ ਹੈ, ਤਾਂ ਪਾਣੀ ਦੂਜਾ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਪਾ ਦਿਉ, ਪਹਿਲਾਂ ਜਿਹੜੀ ਪਾਉਣੀ ਹੈ 4-5 ਦਿਨ ਪਹਿਲਾਂ ਪਾਓ। ਵੈਸੇ ਆਪਣੇ ਦਿਮਾਗ 'ਚ ਇੱਕ ਹੁੰਦੀ ਹੈ, ਗਰਾਰੀ ਹੁੰਦੀ ਹੈ ਵੀ ਜੇ ਪਹਿਲਾਂ ਯੂਰੀਆ ਪਾਤੀ ਤਾਂ ਉਹ ਤਾਂ ਪਾਣੀ ਨਾਲ ਦੀ ਨਾਲ ਹੀ ਲਾਈਏ ਆਪਾਂ, ਨਹੀਂ ਤਾਂ ਉਹ ਤਾਂ ਮਿਲਣੀ ਨਹੀਂ ਬੂਟੇ ਨੂੰ, ਬੂਟੇ ਨੂੰ ਪਹਿਲਾਂ ਪਾਈ ਹੀ ਮਿਲਦੀ ਹੈ, ਪਾਣੀ ਦੇ ਜਮਾਂ ਮੂਹਰੇ ਪਾਈ ਨਹੀਂ ਮਿਲਦੀ ਗੀ, ਉਹ ਪਾਣੀ ਨਾਲ ਲੀਚ ਹੋ ਜਾਂਦੀ ਹੈ ਜਾਂ ਉੱਡ ਜਾਂਦੀ ਹੈ।
एटमोसफेयर दे विच, तां कोशिश करो भी अद्धी यूरिया अपने पहला पा दो चार पाँच दिन, अद्धी यूरिया चार पाँच दिन पानी लगे तो बाद च पाओ, तो अपनी कणक ऐटोमैटिक ही सही हो जूगी। बाकी सूरज भी निकल लग गया हुण थोड़ा थोड़ा, कल भी निकलिया सी कोई 10-15 मिनट, अज भी थोड़ा जिहा निग जिहा कीता है, 10 मिनट धुप लगी है, तो इहदे नाल कणकां दे ऐटोमैटिक ही रंग बन जाणगे, तो आपां नूं ज़्यादा कुछ करन दी लोड़ है नहीं गी। हुण यूरिया का सही मैनेजमेंट कर लिया तो अपनी कणक सैट हो जूगी। ठीक है किसान भीरो, सत श्री अकाल, धन्यवाद।